ताई सब तो भला सब की खैर बुझे दीवे बलते वेखे बलते दीवे बुझते वेखे जिन्हों का जगते कोई ना असी ते वह भी पुत बलते वेखे। और सूरज कितने चढ़े है ते मेरे नखटू पुत्र हजे तक सुते ने ओ की करा मैं इन्हों का ओ दादा कट कटा ना रे शर्म कर।
ਕਿਹੜਾ ਮੂੰਹ ਹੈ ਇਹ ਉਹ ਮੂੰਹ ਹੀ ਜਦੋਂ ਬੰਦਾ ਕੋਈ ਕਿਸੇ ਦੁਕਾਨ ਨੂੰ ਨਹੀਂ ਲੱਗਦਾ ਬੰਦਾ ਕਹਿੰਦਾ ਯਾਰ ਕਿਹੜਾ ਮੂੰਹ ਵੇਖ ਲੈ ਇਹ ਭਲਾ ਕਿਹੜਾ ਮੂੰਹ ਹੈ ਉਹ ਤਾਂ ਲਿੱਦ ਕਰਨ ਤੋਂ ਪਹਿਲੇ ਇਹਦਾ ਕੈਮਰਾ ਕੱਢਦਾ ਹਾਏ ਅਰੇ ਚਲੋ ਓਏ ਮਾਂ ਪਿਓ ਦੀ ਇੱਜ਼ਤ ਕਰਨਾ ਸਿੱਖ ਲੋ ਓਏ ਮੈਂ ਨਹੀਂ ਕਰ ਰਿਹਾ ਤੇਰੀ ਤੇਰੀ ਸਕੀ ਨਾ ਤਾਂ ਸਾਨੂੰ ਕੋਈ ਝਿੜਕਾ ਮਾਰੀ ਜਾਂਦਾ ਸਾਨੂੰ ਤੂੰ ਕਹਿੰਦਾ ਵੇਲੇ ਬੜੇ ਨੇ ਦੇਖੋ ਤੇਰਾ ਭਤੀਜਾ ਹੈ ਹਾਂ ਤੂੰ ਕੁਝ ਕਹਿੰਦਾ ਨਹੀਂ ਉਹ ਵੀ ਵੇਲੀਆਂ ਕਰਦਾ ਉਹਨੂੰ ਵੀ ਤੇ ਕਹਿ ਕੰਮ ਕਰ ਤੇਰੇ ਘਰ ਦੇ ਵਿੱਚ ਆਟਾ ਪਾਇਆ ਮੈਂ ਮਿਹਨਤ ਕਰਕੇ ਆਟੇ ਦਾ ਤੂੰ ਤੋੜਾ ਲੈ ਕੇ ਆਇਆ ਪੁੱਤਰਾ ਇਹ ਗੱਲ ਸਹੀ ਹੈ ਸ਼ੁਕਰ ਕਰ ਭੱਲਾ ਹੋਵੇ ਸ਼ੇਖ ਉਹਨਾਂ ਦੇ ਗੱਦਰ ਲੋਹੇ ਦਾ ਸੀ ਇਹ ਚਵਲਾ ਮਿਹਨਤ ਕੀਤੀ ਹੈ ਬੜਾ ਵਧਣੀ ਹੈ ਚੁੱਕਣ ਲੱਗੇ ਲੱਗ ਪਤਾ ਜਾਂਦਾ ਹੈ ਓਏ ਤੈਨੂੰ ਕਿਹਾ ਸੀ ਬਿੱਲ ਜਮਾ ਕਰਾ ਦੇ ਅੱਬਾ ਜੀ ਬਿੱਲ ਮੈਂ ਤਾੜ ਦਿੱਤਾ ਵੈਰੀ ਗੁੱਡ ਭਲਾ ਕਿਸ ਤਰ੍ਹਾਂ ਕਿਸ ਤਰ੍ਹਾਂ ਅੰਦਰ ਤੁਹਾਡਾ ਸਾਈਕਲ ਨਹੀਂ ਸੀ ਖੜਾ ਚਵੀ ਦਾ ਆਹੋ ਉਹ ਸਾਈਕਲ ਚਵੀ ਦਾ ਖਲੋਤਾ ਸੀ ਉਹ 3500 ਦਾ ਕੱਢ ਦਿੱਤਾ ਲੋ ਪਿਓ ਦੀ ਸਾਈਕਲ ਹੀ ਵੇਚਿਆ ਉਹ ਚਵਲਾ ਜਿਆ 3500 ਰੁਪਏ ਦਾ ਸਾਈਕਲ ਵੇਚਿਆ 2000 ਰੁਪਏ ਵਿੱਚ ਬਿੱਲ ਤਾੜਿਆ 1500 ਰੁਪਏ ਮੈਨੂੰ ਬਚਿਆ ਆ 500 ਰੁਪਏ ਤੁਸੀਂ ਦਾ 2000 ਰੁਪਏ ਦਾ ਮੇਰੇ ਦੋ ਦਿਨ ਨਿਕਲਣਗੇ ਤੇ ਫਿਰ ਦਫਾ ਹੋ ਜਾਓ ਭਾਈ ਐ ਭਾਈ ਜੀ ਚਵਲੋ ਜਿਓ ਗੱਲ ਵੇਦੇ ਹੋ बड़ी मेहरबानी करो जहर सस्ता हो लेंगे जो वर जे ते कड्डी दा नहीं पहले पुछते नहीं दा भाई कौन इत्थे आया किथों है भाई जी असी फतराना दे दित्ता है नहीं नहीं तुसी पछाणिया नहीं मैं फतराना नहीं तेरी बहन फरदाना लै पछाणिया नहीं मैं तेरी भैन तक पहुंचया नहीं क्योंकि आप आ जंदी है हां तोडे भैन भरावां दा मसला मैनू की नहीं रिया कौन है कदरा कुछ किस्मत बंदा वेख तेरे घर चल के आया कौन है कौन भट्टी मशवरे वाला चल के आप आया पट्टी आया एक मिनट ठहर जरा किधर मैं बाहर वाला भट्टी साहब ले आ तेरी भैन दा खसम खलोता ओए भट्टी मुकल्लम खुद आप अच्छा केड़ा है भट्टी तू ही गा ठीक गल्ला ते होंदियां ही रहण गया ऐसे मौके ते शायर भी की खूब लिखदा के सुनिए गल ते गल पल्ले पैंदी सुनिए गल ते गल पल्ले पैंदी जे गलवल किसे दा ध्यान होवे ते उस बंदे दी गल पढ़ लो पल्ले जिदा पक्का दीन ईमान होवे ते बेअसरिया ते गल च असर करदी भावे खुलिया कोल कुरान होवे ते करो फरियाद मदीने वाले अगे साडे पाकिस्तान दी उच्ची शान होवे तू हाले भी नहीं पछाण रहा नहीं पछाण रहा सच्ची गल नहीं आपा होणे तू है जबले जान दिए मैंने तेरे गुस्से तो लगा तू पछाण लिया वड्डा हो गया मंदा नहीं पिया बिजली का बिल बड़ा आंदा तैनू कदा बिल आंदा तेरा तो सारा काम ही हनेरे दा भाई जी ओ गल नहीं मेरे कहण दा मकसद भी तुहाडियां केड़ियां लूमां लगियां आ केड़ियां लूमां लगियां ओ जेड़ियां लगियां ओ लूमां थोड़ी ने
ਉਹਨੇ ਨਹੀਂ ਫ੍ਰਿਜ ਵਾਸ਼ਿੰਗ ਮਸ਼ੀਨ ਨਸਰੀਨ ਪ੍ਰਵੀਨ ਨਹੀਂ ਓਏ ਵਾਸ਼ਿੰਗ ਮਸ਼ੀਨ ਫ੍ਰਿਜ ਪੱਖਾ ਆਹੋ ਇਧਰਾ ਮਸ਼ਵਰਾ ਦੇ ਮਸ਼ਵਰਾ ਦੇ ਬਿੱਲ ਕਿੰਨਾ ਹੁੰਦਾ ਜੀ 15 ਹਜ਼ਾਰ ਰੁਪਿਆ ਆਇਦਾ ਯਾਰ ਤੈਨੂੰ ਭੱਟੀ ਇਹੋ ਜਿਹਾ ਮਸ਼ਵਰਾ ਦੇਗਾ 1 ਰੁਪਿਆ ਬਿੱਲ ਨਹੀਂ ਆਏਗਾ ਉਹ ਕਿਵੇਂ ਮੀਟਰ ਕਟਾ ਦੇ ਇਹ ਮੀਟਰ ਕਟਾਤਾ ਤੇ ਬਿਜਲੀ ਤੇਰੀ ਮਾਂ ਦੇ ਗ੍ਰਿਡ ਸਟੇਸ਼ਨ ਚ ਆਣੀ ਨਹੀਂ ਇਹ ਤੇ ਹੁਣ ਸੋਚਣਾ ਕੰਮ ਤੇਰਾ ਨਾ ਮੇਰਾ ਕੰਮ ਤੇ ਸਿਰਫ ਮਸ਼ਵਰਾ ਦੇਣਾ ਹੈ ਅੱਛਾ ਤੇਰਾ ਕੰਮ ਤੇ ਹੈ ਮੋਟਰ ਅੱਗ ਬਾਵੇਂ ਤੂੰ ਛੱਡੀ ਏ ਚੁੱਪ ਪੂਲੀ ਨਾ ਨਹੀਂ ਵਿੱਚ ਗੱਲ ਹੁੰਦੀ ਪਈ ਭੱਟੀ ਆਪ ਆ ਕੀ ਉਧਰ ਵੀ ਭੱਟੀ ਏ ਉਹਨੇ ਚੁੱਪ ਨਹੀਂ ਕਰਨਾ ਬਾਵੇਂ ਤੇ ਉਹਦੇ ਪਿੱਛੇ ਭੱਟੀ ਏ ਤੂੰ ਗੱਲ ਹੈ ਸਹੀ ਕੋਈ ਮਸ਼ਵਰਾ ਦੇ ਯਾਰ ਸਹੀ ਦੇ ਆ ਤੈਨੂੰ ਕਿੰਨਾ ਬਿੱਲ ਆਉਂਦਾ 15000 ਰੁਪਏ ਤੂੰ ਕਿਹਾ ਇੱਕ ਤੇਰਾ ਮਸ਼ਵਰਾ ਮੁੱਕ ਗਿਆ ਇਸ ਤੋਂ ਇਲਾਵਾ ਜੇ ਤੈਨੂੰ ਕੋਈ ਪਰੇਸ਼ਾਨ ਕਰਦਾ ਕੀ ਭਲਵਾਨੀ ਕਰਦਾ ਤੇਰਾ ਭਰਾ ਭਲਵਾਨੀਆਂ ਭਲਵਾਨੀਆਂ ਸਾਰਾ ਦਿਨ ਮਿਹਨਤਾਂ ਮਜ਼ਦੂਰੀਆਂ ਕਰਨਾ ਹਾਂ ਥੱਕ ਜਾਂਦਾ ਯਾਰ ਤੈਨੂੰ ਬੱਟੀ ਇਹੋ ਜਿਹਾ ਮਸ਼ਵਰਾ ਦੇਗਾ ਥਕਾਵਟ ਮਹਿਸੂਸ ਹੀ ਨਹੀਂ ਹੋਏਗੀ ਉਹ ਕਿਵੇਂ ਮਰ ਜਾ ਚੱਕਰ ਸਾਜੀ ਸਹੀ ਗੱਲ ਮੈਂ ਕਦੀ ਮੁਰਦੇ ਨੂੰ ਫਟਾਉਂਦੇ ਨਹੀਂ ਵੇਖਿਆ ਪਿਓ ਮਰਿਆ ਉਹਦਾ ਸਾਹਮਣੇ ਕਦੀ ਨਹੀਂ ਕਿਹਾ ਬੋਲ ਇਹ ਕਿਹੜਾ ਮਸ਼ਵਰਾ ਇਹ ਵੀ ਨਹੀਂ ਸਹੀ ਚਵਲ ਜਾਨ ਜੀ ਜ਼ੁਲਮ ਕਰ ਰਿਹਾ ਮਾਰ ਰਿਹਾ ਬੱਟੀ ਦੇ ਅੱਗੇ ਬੜੇ ਜ਼ੁਲਮ ਹੋਏ ਮਜਬੂਰ ਹੋ ਕੇ ਪਿੰਡੋਂ ਆਇਆ ਰੋ ਨਾ ਬੰਦੇ ਦੱਸ ਕੀ ਵਾ ਜਿਹੜਾ ਜਾਂਤੀ ਹੋਈ ਹੈ ਤੇਰੇ ਨਾਲ ਨਹੀਂ ਨਖੱਤੀ ਦੀ ਆ ਤੂੰ ਤੇ ਮੱਲੇ 'ਚ ਵੀ ਮਸ਼ਹੂਰ ਸੈਂ 35 ਵੀ ਬਹੁਤ ਨੇ ਜਿਹੜੇ 55 ਦੇ ਫੀਸ ਸਰਕਾਰੀ ਫੀਸ ਇੰਨੀ ਵੀ ਕੀ ਹੋਇਆ ਕਿਉਂ ਹੋ ਰਿਹਾ ਪਿੰਡ ਦੇ ਵਿੱਚ ਹੋ ਗਈ ਜ਼ਿਆਦਤੀ ਮੈਂ ਤੇ ਨੌਕਰੀ ਲੱਭਣ ਆਇਆ ਤੇਰੇ ਕੋਲ ਅੱਛਾ ਕੀ ਹੈ ਪਿੰਡ ਲੜਾਈ ਹੋ ਗਈ ਚੌਧਰੀਆਂ ਨਾਲ ਤੇਰੀ ਯਾਰ ਬੜੀ ਜ਼ਿਆਦਤੀ ਉਹਨਾਂ ਦੀ ਕੀ ਹੋਇਆ ਮੈਂ ਗਿਆ ਜ਼ਮੀਨਾਂ ਨੂੰ ਪਾਣੀ ਲਾਉਣ ਅੱਛਾ ਮੈਨੂੰ ਕਹਿੰਦੇ ਚੌਧਰੀ ਗੱਲ ਹੈ ਤੇ ਸਿੱਧੀ ਪਾਣੀ ਲਾ ਅਸਾਂ ਮੈਂ ਕਿਹਾ ਜੀ ਪਾਣੀ ਲਾਉਣ ਦੀ ਵਾਰੀ ਮੇਰੀ ਹੈ ਪਾਣੀ ਤੇ ਲਾਹਾਂ ਮੈਂ ਅੱਛਾ ਅੱਗੋਂ ਬੂਤਰ ਗਏ ਕਹਿੰਦੇ ਲਾ ਤੂੰ ਕਈ ਨੂੰ ਹੱਥ ਅਸੀਂ ਤੈਨੂੰ ਮਾਰਾਂਗੇ ਕਈਆਂ ਕੀ ਕਹਿੰਦੇ ਚੌਧਰੀਆਂ ਦੇ ਬੰਦੇ ਲੈ ਵੀ ਤੁਹਾਡੇ ਪਿਓ ਲਾੜਾ ਆ ਜੇ ਕਹਿੰਦੇ ਤੂੰ ਕਈ ਨੂੰ ਹੱਥ ਲਾ ਅਸੀਂ ਤੇ ਤੈਨੂੰ ਮਾਰਾਂਗੇ ਕਈਆਂ ਵੀ ਪਾਣੀ ਦੀ ਵਾਰੀ ਉਹਦੀ ਉਹਨੇ ਪਾਣੀ ਲਾਣਾ ਹੋਰ ਕਿੰਨੇ ਲਾਣਾ ਹੈਗਾ ਤੇ ਮਾਰੋ ਕਈਆਂ ਨੂੰ ਖੱਤੀ ਦਿਓ ਮਾਰੋ ਕਈਆਂ ਮਾਰ ਇਹ ਉੱਥੋਂ ਦੀ ਗੱਲ ਹੈ ਗੁੱਸੇ 'ਚ ਤੈਨੂੰ ਦੱਸੀ ਹੈ ਤੂੰ ਤਾਂ ਗਿਆ ਲੱਗਦਾ ਤੇਰੀ ਤਾਂ ਗੱਲ ਹੀ ਕੋਈ ਨਹੀਂ ਅੱਛਾ ਅੱਛਾ ਉੱਥੇ ਦੀ ਗੱਲ ਹੈਗੀ ਯਾਰ ਮੈਨੂੰ ਜ਼ਿਹਨ ਦੇ ਵਿੱਚ ਗੁੱਸਾ ਆ ਗਿਆ ਨਾ ਅੱਛਾ ਅੱਛਾ ਲੇਕਿਨ ਉਹਨਾਂ ਨੂੰ ਮੇਰੇ ਤੋਂ ਬਹੁਤਾ ਗੁੱਸਾ ਅੱਛਾ ਉਹ ਤੇ ਬੰਦੇ ਵੀ ਫੜ ਕੇ ਤੇ ਨਾਲ ਟਰਾਲੀਆਂ ਸੁੱਟ ਲਈਆਂ ਵਿੱਚ ਡਾਂਗਾ ਅੱਛਾ ਚੌਕ 'ਚ ਮੈਨੂੰ ਘੇਰ ਲਿਆ ਮੈਨੂੰ ਕਹਿੰਦੇ ਭੱਟੀ ਸਿੱਧਾ ਹੋ ਅਸੀਂ ਤੈਨੂੰ ਮਾਰਨੀਆਂ ਡਾਂਗਾ ਕੀ ਕਹਿੰਦੇ ਕਹਿੰਦੇ ਇਹ ਤੇ ਤੈਨੂੰ ਮਾਰਾਂਗੇ ਡਾਂਗਾ ਡਾਂਗਾ ਮਾਰੂ ਕਿੱਥੇ ਦਿਓ ਅੱਗੇ ਵਿੱਚ ਡਾਂਗਾ ਡਾਂਗਾ ਨਹੀਂ ਉਹਨਾਂ ਨੂੰ ਆਖਿਆ ਨਹੀਂ ਇਹ ਤੇ ਸਿਰਫ ਦੱਸਿਆ ਇਹ ਤੇ ਬਿਰਾ ਲੱਗਦਾ ਹੈ ਮੈਂ ਭਰਾ ਤੇਰਾ ਲੜਾਈ ਹਲੇ ਮੁੱਕੀ ਤੇ ਨਹੀਂ ਅੱਛਾ ਨਹੀਂ ਨਹੀਂ ਉੱਤੋਂ ਆ ਗਿਆ ਵੱਡਾ ਚੌਧਰੀ ਤੈਨੂੰ ਪਤਾ ਵੱਡੇ ਤੇ ਗੱਲ ਵੀ ਵੱਡੀ ਕਰਦੇ ਨੇ ਮੈਂ ਸਮਝਿਆ ਕੋਈ ਗੱਲ ਹੋਏਗੀ ਗੱਲ ਮੁੱਕੇਗੀ ਨਹੀਂ ਬੰਦੂਕ ਕਰ ਲਈ ਮੈਨੂੰ ਵੱਡਾ ਚੌਧਰੀ ਕਹਿੰਦਾ ਸਿੱਧਾ ਹੋ ਮੈਂ ਤੈਨੂੰ ਮਾਰਨੀ ਗੋਲੀ ਕੀ ਕਹਿੰਦਾ ਵੱਡਾ ਚੌਧਰੀ ਮੈਂ ਵੱਡਿਆਂ ਦੀ ਗੱਲ 'ਚ ਨਹੀਂ ਬੋਲਦਾ ਮਸਾਲ ਮਸਾਲ ਇੱਕ ਮਿੰਟ ਜ਼ਰਾ ਪਹਿਲਾਂ ਸਾੜ ਮੁੱਕ ਲੈਂਦੇ ਅੰਨੀ ਜਿਹਾ ਮੈਂ ਡਰਾਮਾ ਕਰਨ ਆਇਆ ਕਿ ਜਿੰਨ ਕਢਾਉਣ ਆਇਆ ਡਰਾਮੇ ਦਾ ਲਾ ਬਾਂਦਰ ਕਿੱਲਾ ਗੋਲੀ ਕੀ ਕਹਿਣਾ ਮੈਂ ਤੇ ਮਾਰਨੀ ਗੋਲੀ ਕਹਿੰਦਾ ਮੈਂ ਤੇ ਮਾਰਾਂਗਾ ਗੋਲੀ ਤੇ ਮਾਰ ਗੋਲੀ ਗੋਲੀ ਮਾਰ ਵੇਨਾ ਕੀ ਹੈ ਕੀ ਬਾਜੀ ਕਰਦਾ ਸੁਣ ਓ ਕਿਤੇ ਓ ਓ ਭਾਈ ਓ ਅਦਰਾ ਕੀ ਹੋਇਆ ਕੀ ਹੈ ਇਹਦਾ ਪੁਰਾ ਮੈਨੂੰ ਵਾਕਿਆ ਮੁਰਸ਼ਦਾ ਮਨਾ ਕੀਤੇ ਨੇ ਮੇਰੇ ਮੁਰਸ਼ਦਾ ਨੇ ਕਿਹਾ ਪੂਰਾ ਸੁਣਾਉਣਾ ਇਧਰ ਆ ਹਾਲਾਤ ਵਾਕਿਆ ਬੜੇ ਖਰਾਬ ਨੇ ਕੱਲ ਨੂੰ ਖੇਡੀਏ ਹਾਲਾਤ ਬਹੁਤ ਖਰਾਬ ਨੇ ਹੋਇਆ ਜੀ ਮੈਂ ਕੱਲ ਘਰੋਂ ਨਿਕਲਿਆ ਵਾਂ ਜਦੋਂ ਤੈਨੂੰ ਪਤਾ ਹਾਲਾਤ ਖਰਾਬ ਨੇ ਤਾਂ ਘਰੋਂ ਨਿਕਲਣਾ ਨਹੀਂ ਚਾਹੀਦਾ ਅੱਛਾ ਤੈਨੂੰ ਤਾਂ ਪਤਾ ਮੈਂ ਬੱਸ ਤੇ ਕੰਡਕਟਰ ਵੀ ਨਹੀਂ ਕਰਦਾ ਫਿਰ ਕੱਲ ਮੇਰੀ ਬੱਸ ਤੇ ਤੇਰੇ ਵਰਗੇ ਇੱਕ ਸ਼ੋਫਾ ਜਿਹਾ ਮੁੰਡਾ ਬਹਿ ਗਿਆ ਮੈਂ ਉਹਨੂੰ ਕਿਹਾ ਕਿਰਾਇਆ ਦੇ ਕਹਿੰਦਾ ਮੈਂ ਕਿਰਾਇਆ ਨਹੀਂ ਦੇਣਾ ਮੈਂ ਸਟੂਡੈਂਟ ਆ ਕੀ ਕਹਿੰਦਾ ਉਹਨੂੰ ਛੱਡ ਤੂੰ ਕਿਰਾਇਆ ਫੜ ਤੇ ਗੱਡੀ ਟੋਲ
ਬਾਈ ਜੀ ਜਰਾ ਜਲਦੀ ਕਰ ਲਓ ਸਫ਼ਰ ਬੜੀ ਦੂਰ ਦਾ ਹੈ ਹਾਂਜੀ ਗੱਡੀ ਟੋਰਾ ਅੱਜ ਗੱਡੀ ਟੋਰੋ ਤੂੰ ਬੈਠਾ ਡਰਾਈਵਰ ਦੀ ਸੀਟ ਤੇ ਉਹ ਵੀ ਗੱਡੀ ਤੇ ਉਹ ਵੀ ਗੱਡੀ ਓ ਯਾਰ ਖਲੋ ਜਾ ਕਿਹੜੀ ਗੱਡੀ ਇੱਥੇ ਬਹਿ ਗਈ ਹਾਂ ਕਿੱਥੇ ਜਗ੍ਹਾ ਲੱਭੀ ਬਹਿ ਗਈ ਚੜਾਓ ਉਹ ਸੀਟਾਂ ਤੁਹਾਡੇ ਪਿਓ ਨਹੀਂ ਲੋਈਆਂ ਸੀਟਾਂ ਤੇ ਸੀਟਾਂ ਤੇ ਬੈਠ ਚਮਲੇ ਜਾ ਲਈ ਸੀਟ ਤੇ ਬੈਠ ਇੱਧਰ ਆ ਹੁਣ ਕੀ ਹੋਇਆ ਇੱਥੇ ਆ ਜਾਣਾ ਕਿੱਥੇ ਤੂੰ फैसला बाद किराया शेखपुर अंदर दे दे क्यों दी बासी क्यों दी बासी गल सुन हां घंटा हो गया मैं दसी ही नहीं बस किथे जांदी पई फैसला बाद ते बोर्ड मुल्तान दा गद्दी दिया बेवा को बुलाने वाया बदल ले गद्दी दिया बच्चे आ तैनू बुआने आओ बिस्मिल्लाह ओ तैनू किसे ने दसया नहीं चल दे कदी जो सिर नहीं कड्डी ना
ਚਗਲ ਦੇ ਪਤਨਾ ਸਹੀ ਗੱਲ ਦੱਸ ਸਹੀ ਸਹੀ ਕੋਈ ਐਸੀ ਗੱਲ ਦੱਸ ਤੂੰ ਫੌਰਨ ਫਸ ਜਾਏ ਓਕੇ ਅੱਛਾ ਚੱਲ ਉਰਕੇ ਮੇਰੀ ਜਾਨ ਮੇਰੀ ਜਾਨ ਮੈਂ ਤੇਰੀ ਤੂੰ ਮੇਰੀ ਹੀਰ ਤੇ ਮੈਂ ਤੇਰਾ ਰਾਂਝਾ ਤੂੰ ਮੇਰੀ ਹੀਰ ਤੇ ਮੈਂ ਤੇਰਾ ਰਾਂਝਾ ਰਾਂਝਾ ਵੀ ਇੱਕ ਆਸ਼ਿਕ ਸੀ ਰਾਂਝਾ ਵੀ ਇੱਕ ਆਸ਼ਿਕ ਸੀ ਉਹਨੇ ਹੀਰ ਦੀ ਖਾਤਰ ਕੰਨ ਪਰਵਾਏ ਸਨ ਉਹਨੇ ਹੀਰ ਦੀ ਖਾਤਰ ਕੰਨ ਪਰਵਾਏ ਸਨ ਤੇ ਮੈਂ ਤੇਰੀ ਖਾਤਰ ਤੇ ਮੈਂ ਤੇਰੀ ਖਾਤਰ ਸਮਝ ਤੇ ਗਏ ਹੀ ਹੋਵੋਗੇ ਕਾਹਦੀ ਪ੍ਰਮੋਣੇ ਤੂੰ ਕੀ ਕਰੇਗਾ ਵਾਕਵਾ ਨਵਾਂ ਥੋੜੀ ਨਵਾਜ਼ ਪਾਉਣਾ ਉਹ ਜਿਹੜਾ ਚੱਲਣ ਦੇ ਆ ਸਹੀ ਸਹੀ ਗੱਲ ਦੱਸ ਤੇਰੀ ਧੀ ਨਹੀਂ ਹੀ ਚਮਲਾ ਅਗੇ ਦਾ ਜੋੜੀ ਕੈਸੀ ਲੱਗ ਰਹੀ ਬਹੁਤ ਬੁਰੀ ਤੂੰ ਲੱਗ ਰਹੀ ਵੱਡੀ ਤੇਰੀ ਕਿਨੀ 50000 ਦੀ ਚੱਲ ਹੀ ਮੇਰਾ ਲੈ ਆਈ ਨਾ ਤੇ ਪੂਰਾ ਲਾਹੌਰ ਵੀ ਤੂੰ ਭੁਗਤਾਉਣਾ ਉਹ ਮਸ਼ੂਕ ਹੀ ਤਾਂ ਜੀ ਯਾਰ ਉਹ ਤੇਰੀ ਹੋਏਗੀ ਮਸ਼ੂਕ ਆ ਉਹਦੀ ਤੇ ਭੈਣ
मेरी गलत फ्रेंड है। की है? गलत फ्रेंड। हेलो तू की होला? मैं बो फ्रेंड हां। ओ गर्ल फ्रेंड दी ओए। ओ जेदे नाल गलत तल्लुक होनो गलती हुंदी ओए। कमाल तेरा परसों मेनू ने घर बुलाया। अच्छा जी। मेनू कहंदी जानू मेरे घर आओ। हां इंज करके मैं घर गया मेनू काफी पिला के ते पीछे ले गई। पीछे ते पीछे पानी 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 पानी। ओ क्यों जी? गटर बंद सी इनना दा। 24 मिनट लगा के मैंने गटर निकाला। मैं कभी प्यार में पता भी नहीं कहते यदा 250 वक्रा होना जब और दिता मैनू उन्हें 250 तो मैं फिर चला लिया राह दे विच ही। 250 आहो दिता उन्होंने? हाँ जी। ये तुसी यकीन करो असि करने आ प्यार एक दूसरे नु। तेरी मशहूर गया ना तेरा और साथ है की मतलब? ओ मेरी मंगेतर है। ओए आ ते मेरी गलत फ्रेंड तेन मैं कहन दिया ए असि करने एक दूसरे नु प्यार। अच्छा मैं ते एदा बाह ते नाल हौण लगा हां। फिर मैं आख्या तो घटा नजर आउणा तो नजर नहीं आउणा कलर चेंज है ना। और सुनाओ तू भी ऐसे ठीक है? माशाल्लाह तेरा ब्याह ना करी। क्यों? खुदा की कसम है सकी बुढ़िया ने मुंह छापर चढ़ा के भी चुम्मी ले दी। जिस तरह तू ही धी भैन समझा के कल नौ नहीं जी करनी फिर तेरी मारिया मार दे सिर से डंडा। देखे मेरा रंग नार हो तेरा ऑफ ब्राउन हुंदा है। ऑफ ब्राउन हुंदा इधर वे एदा ब्याह आया पहली रात ही बुढ़िया दा घुल चुके कहंदा मंग की मंगनी तू एदी शक्ल वेख के कहंदी तलाक दे दे। हुण ओह कुड़ी ब्याह ती जे कि नहीं कदों होती थी? चुक तेरा हो गया। कल मैंने घर गया मैं भैन प्यार देन दिया कहता चुक तेरी हो गई है खसम बन जाना सी। तेरी मारा मां दा सिर रंग ते खना आ रहे बैठ के ए ऊपर को जम दे सटदा है बैठी आ जाओ ਤੁਹਾਡੇ ਵੀ ਇੰਤਜ਼ਾਰ ਕਰਨੇ ਆ ਅਰੇ ਬੱਚਿਆਂ ਨੇ ਅੱਜ ਫੇਰ ਫਰਸ਼ਟ ਗੇਂਦ ਬਸਾਤਾ ਯਾਰ ਮੈਂ ਨਹੀਂ ਤੁਹਾਡਾ ਗੇਂਦ ਕੱਢ ਰਿਹਾ ਉਹ ਕਿਉਂ ਲੋ ਬਿਆ ਰਹੇ ਡਾਊਨ ਟੱਚ ਵੀ ਕੀ ਕਰ ਰਹੀ ਆ ਇੱਧਰ ਆ ਨਾ ਆ ਛੋੜੇ ਨਾ ਥਰਕੀ ਤਾਂ ਨਹੀਂ ਹੈ ਅਰੇ ਨਾਲ ਲੱਗ ਕੇ ਚਲਾਓ ਕਿਉਂ ਮੇਰੇ ਨਜ਼ਰ ਨਾ ਲੱਗੇ ਹਾਏ ਮੈਨੂੰ ਭਾਵੇਂ ਲੱਗ ਜਾਵੇ ਆ ਮੇਰੇ ਕੋਲ 10 ਮਿੰਟ ਧੁੱਪੇ ਨਹੀਂ ਖੜੋਦਾ ਜਾਂਦਾ ਵੀ ਕਿਉਂ ਕਿਉਂ ਮੇਰੀ ਸਕਿਨ ਦਾ ਮਸਲਾ ਜ਼ਰਾ ਲੋਕਾਂ ਦੀ ਸਕਿਨ ਹੁੰਦੀ ਉਹ ਰੌਲਾ ਪਾਵਾ ਓਏ ਕੀ ਰੌਲਾ ਯਾਰ ਹੈ ਗੱਲ ਕਰਨ ਲਈ ਪਿਆਰ ਕਰਨੇ ਹੱਥ ਜੋੜਾ ਪਿਆਰ ਦਿਨਾ ਹੱਥ ਟੱਪੀ ਢੋਲਵੇ ਮੇਰੇ ਮਾਰੇ ਜੰਦੀਰੇ ਤੇ ਇੰਜ ਨਾ ਤੂੰ ਖੋਲਵੇ ਇੰਜ ਨਾ ਤੂੰ ਖੋਲੇ ਰੱਖ ਜੀ ਗਿਰਤ ਦਿਲ ਭਰ ਮੇਰੇ ਹੋ ਚੰਨ ਚੌਧਵੀ ਦਇਆ ਕੀ ਅਨੇੜੇ ਤੇ ਤੇਰੀ ਮਾਂ ਲੱਗਦੀ ਸ਼ੀਸ਼ਾ ਹੱਟ ਕੇ ਖਲੋ ਬੇਈਮਾਨ ਆਵੇ ਬੁਲੀਆਂ ਨੂੰ सारे नाम तो मेनु गोली का डर होया ਉਹਨਾਂ ਗੋਲੀ ਮਾਰੀ ਉਹ ਗੋਲੀ ਸ਼ਰਮਿੰਦ ਹੋਇਆ ਕਹਿੰਦੇ ਕਿ ਇਹਦੇ ਵੀ ਵਜਣਾ ਹੋਰ ਕਿਤੇ ਮਾਰ ਲਓ ਤੁਸੀਂ ਮੈਂ ਕਿਹਾ ਤੇਰੀ ਆਪਣੀ ਟੈਨਸ਼ਨ ਕਿ ਮੈਨੂੰ ਕੀ ਫਿਰੇ ਯਾਰ ਕੌਣ ਪੁੱਛੇ ਤੇ ਕਰਦੀ ਗੱਲ ਕਰ ਰਹੇ ਸੋ ਮੈਂ ਬਸ ਇਹ ਗੱਲ ਕਰ ਰਿਹਾ ਹਾਂ ਆਪਸ ਦੀ ਗੱਲ ਇਨਸਾਨਾਂ 'ਚ ਬੈਠ ਕੇ ਕੀ ਮਹਿਸੂਸ ਕਰਦੇ ਹੋ ਇਨਸਾਨਾਂ 'ਚ ਕੀ ਬੈ ਇਨਸਾਨ ਨਹੀਂ ਜੇ ਤੁਸੀਂ ਵੀ ਇਨਸਾਨ ਹੀ ਹੋ ਮਾਰ ਤੁਹਾਡਾ ਭਾਈ ਜੀ
एक गल ते दसो ये जो किसी औरत दे घर बच्चा पैदा होने वाला होंदा है वो अपने कमरे च सोहनिया सोहनिया फोटो क्यों लांदी के बच्चा खूबसूरत मेरे वर्गा पैदा होवे तेरी माँ ही वो डड वेखदी रही मैनू की पता होवे मैं निगाह जाया घर की वेखदी रही अगले पिछले काले तेरा मुल्लेदार काले तेरा बंदा काला राख लाता है चल तू गोली मार तू मैनु दस के तेरे प्यो ने साडी शादी दी हां कीती कि नहीं अफ्रीका च कारोबार है 80,000 रुपए किलो गाल वेचते सही माशाल्लाह कितनी सोहनी कुड़ी एहो कुड़ी है ना सवेरे सवेरे हार रोड फेर लिया भला कि मेरी गल सुन यार मेरी शादी होनी है मेरी यार मेरी हो जाए अपने प्यो मन गया चुप करके मेरे ना व्याह करा ले Ah!
ਜਾਂਦੇ ਹੋ ਪਾਲ ਚੌਧਰੀ ਆਈ ਇਹਦਾ ਰੁਕੇ ਬਚਾਓ ਤਾਲੀ ਨਾ ਵੀ ਨਾ ਕਹਿੰਦਾ ਉਹਨਾਂ ਨੇ ਫਿਰ ਵੀ ਮੈਨੂੰ ਤਾਂ ਸਾਲੇ ਆਦਤ ਪਈ ਤੁਹਾਡੀ ਕੀ ਭੈਣ ਨਿਕਲਣ ਦੀ ਤੁਹਾਨੂੰ ਤੂੰ ਪਿੱਛੇ ਲਾਇਆ पठान निकल आया मैं क्या फिर कहता हूं सोच भैन नू भेजा के आप जावा ਤੁਸੀਂ ਮੇਰੇ ਮਗੇਤਰ
ਆਹ 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 ਆਹ
शेर, 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 शे
ਉਹਦੀ ਤੇ ਹੋ ਸਕਦੀ ਹੈ ਪਹਿਲੇ ਤੈਨੂੰ ਮੈਨੂੰ ਟਰਾਈ ਦੇਣੀ ਪੈਗੀ ਠੀਕ ਮੈਂ ਟਰੈਕਟਰ ਟਰਾਈ ਦੇਣੀ ਪੈਗੀ ਜੇ ਤੇ ਮੇਰੇ ਨਾਲ ਸ਼ਾਦੀ ਕਰਨਾ ਚਾਹਨਾ ਤੇ ਇਹ ਦੱਸ ਕਿ ਤੂੰ ਆਉ 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 ਕਰ ਲੈਣਾ ਜੇ ਮੈਂ ਹੀ ਇੰਜ ਕਰਦਾ ਤਾਂ ਤੂੰ ਮਰ ਗਈ ਹੈ ਬਿੱਲੀ ਜਿਹੜੇ ਹੁੰਦੇ ਸ਼ਕੀਕਰ ਹੁੰਦੇ ਨੇ ਸ਼ਕੀਕਰ ਸ਼ਕੀਕਰ ਇਹ ਕੌਣ ਹੈ ਬੇਟਾ
ਤਾਂ ਕੌਣ ਹੈ? ਮੈਂ ਚਾਚਾ ਜੀ ਤੁਹਾਡਾ ਜਵਾਈ ਨਿੱਕੇ ਹੁੰਦਾ ਸਾਡੀ ਮੰਗਣੀ ਨਹੀਂ ਸੀ ਹੋਈ ਵੀ, ਮੈਂ ਉਹ ਹੀ ਆ ਬਸ਼ੀਰ ਦਾ ਮੁੰਡਾ। ਓਏ ਹੋਏ 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 ਅਸਤਗਫਾਰ ਅਸਤਗਫਾਰ। ਓ ਕੁਛ ਲਾਇਆ ਕਰ, ਤੁਸੀਂ ਲਾਇਆ ਕਰੋ, ਐਵੇਂ ਨੱਕ ਦੇ ਹੱਥ ਰੱਖਣ ਡਿਆ ਜੇ ਵੀ ਕੁਛ ਲਾਇਆ ਕਰ। ਤੂੰ ਸਾਰੀਆਂ ਤੂਸਾਂ ਲਾਇਆ ਐਵੇਂ ਪਰਫਿਊਮ ਕਿੱਥੇ? ਥੋੜਾ ਅੰਦਰ ਵੀ ਲਾਇਆ ਕਰ, ਫਿਰ ਸਮੈਲ ਜਾਏਗੀ ਨਾ ਮਰਾਦਾ। ਬੇਟਾ ਗੱਲ ਪਤਾ ਕੀ ਹੈ? ਕੀ ਗੱਲ ਹੈ ਬਾਜੀ? ਇਹ ਛੋਟੇ ਲੋਕ ਕਮੀ ਕਮੀਨ ਆਪਣਾ ਸਟੈਂਡਰਡ ਦੇਖ ਕੇ ਇਹਦਾ ਮੂੰਹ ਦੇਖ। ਜੇ ਤੂੰ ਬੰਦਾ ਨਾ ਹੁੰਦਾ ਤੇ ਤੇਰਾ ਤਵਾ ਬਣਨਾ ਸੀ। ਜੇ ਤਵਾ ਨਾ ਬਣਨਾ ਫਿਰ ਤੇਰੀ ਕੁੜੀ ਦਾ ਬੰਦਾ ਬਣਨਾ ਸੀ? ਕੀ ਬਕਵਾਸ ਪਿਆ ਕਰਦੇ ਮਾਂ ਦੀ? ਅਹੀਂ ਕਹਿੰਦੇ ਬਚਪਨ ਦੀ ਬਣ ਗਿਆ ਮੇਰੀ। ਅੱਛਾ ਤੇ ਤੇਰੀ ਹੋਈ ਸੀ ਬਚਪਨ ਚ ਇੱਕਦਮ ਮੰਗਣੀ? ਮੰਗਣੀ ਉਹਨਾਂ ਹਾਂ ਤੂੰ ਕਰਵਾਈ ਆ। ਉਹ ਮੇਰੀ ਗਲਤੀ ਸੀ, ਹੁਣ ਅਸੀਂ ਅਮੀਰ ਹੋ ਗਏ ਬੇਟਾ। ਅਸੀਂ ਵੀ ਅਮੀਰ ਆ। ਤੇਰੇ ਨਾਲ ਉਹ ਕੁੜੀ ਤੈਨੂੰ ਦੇਣ ਲੱਗ ਨਾ, ਮੈਂ ਪੱਖੇ ਨਾਲ ਟੰਗ ਕੇ ਮਾਰ ਦਿਆਂ ਮੈਂ। ਤੇ ਚਾਚਾ ਪੱਖੇ ਨੂੰ ਵੀ ਠੰਡੀ ਕਰਨੀ ਹੈ। ਤੇਰੀ ਜਿਹੜੀ ਪੱਖੇ ਨੇ ਤੇ ਠੰਡੀ ਕਰਨੀ ਹੈ ਨਾ, ਤੂੰ ਨਾਲ ਸਾੜਨੀ ਵੀ ਹੈ। ਉਹ ਆਪੋ ਆਪਣੇ ਗੈਸਾਂ ਦੀ ਗੱਲ ਹੈ। ਅੱਛਾ ਪੁੱਤਰ ਮੇਰੀ ਸੁਣ ਗਾ। ਕੀ ਗੱਲ ਹੈ ਅੱਬਾ ਜੀ? ਮੈਂ ਮੇਰੇ ਕੰਨ ਤੇ ਵੱਜੀ ਹੋਈ, ਮੈਂ ਤੁਸੀਂ ਮੈਨੂੰ ਵਾਜਿਆ ਨਾ ਸਮਝ ਬੈਠੇ ਜੇ ਬਈ। ਕਿਹੜੇ ਝੂਠ ਤੇਰੇ ਪਿਓ ਵਾਲਾ ਸੀ ਜਿੱਥੇ ਟਾਹਲੀ ਵੱਜੀ ਤੈਨੂੰ ਜਾ ਮਰੀਜ਼ ਕੇ ਜਾਣ ਲੱਗਿਆ? ਗਰੀਬ ਮਿੱਟੀ ਦਾ ਤੂੰ ਮਿੱਟੀ ਹੋਣਾ, ਕਾਹਦੀ ਬੱਲੇ ਬੱਲੇ, ਅੱਜ ਮਿੱਟੀ ਦੇ ਉੱਤੇ ਬੰਦਿਆ, ਕੱਲ ਮਿੱਟੀ ਦੇ ਥੱਲੇ। ਗਰੀਬ ਨੇ ਮਸਕੀਨ ਨੇ ਆਪਣਾ ਮਕਾਨ ਵੇਖ ਕੇ ਖਰਾਬ ਕਲਰ ਹੁੰਦਾ। ਮੇਰਾ ਮਰਤਬਾ ਦੇਹ ਮਰਤਬਾ ਤੇ ਆਪਣਾ ਕੀ ਹੋ ਗਿਆ ਤੈਨੂੰ ਇਹਦੇ ਚ ਕੀ ਦੇਖ ਲਈ? ਪੈਸੇ ਨਾਲ ਕੋਠੀ ਕਾਰ ਬੰਗਲਾ ਤੇ ਖਰੀਦਿਆ ਜਾ ਸਕਦਾ ਹੈ, ਪਰ ਰਿਸ਼ਤੇ ਨਹੀਂ ਖਰੀਦੇ ਜਾ ਸਕਦੇ। ਪੈਸੇ ਨਾਲ ਬਿਸਤਰਾ ਤੇ ਖਰੀਦਿਆ ਜਾ ਸਕਦਾ ਹੈ, ਪਰ ਸਕੂਨ ਨਹੀਂ ਖਰੀਦਿਆ ਜਾ ਸਕਦਾ। ਅੱਬਾ ਜੀ ਜੇ ਪੈਸੇ ਦਾ ਤੁਹਾਨੂੰ ਇੰਨਾ ਹੀ ਸ਼ੌਕ ਹੈ ਤੇ ਮਰਨ ਲੱਗਿਆ ਇਹਨਾਂ ਦਾ ਪੈਸਾ ਆਪਣੇ ਨਾਲ ਜ਼ਰੂਰ ਲੈ ਜਾਣਾ, ਜਿਹੜਾ ਸੋਹਣੇ ਰੱਬ ਨੂੰ ਦੇ ਕੇ ਆਪਣੀ ਬਖਸ਼ਿਸ਼ ਕਰਵਾ ਸਕਾਂ, ਬਖਸ਼ਿਸ਼ ਕਰਵਾ ਦੇ। ਅੱਬਾ ਜੀ ਪੈਸਾ ਪੈਸਾ ਤੇ ਅੱਬਾ ਜੀ ਤੁਸੀਂ ਕਿਉਂ ਨਹੀਂ ਸਮਝਦੇ, ਪੈਸਾ ਤੇ ਕੰਜਰਾ ਕੋਲ ਵੀ ਬੜਾ ਹੁੰਦਾ। ਓਏ ਵਖਾ ਓਏ ਉੱਚਾ ਤੇਰਾ ਨਾਮ ਮੌਲਾ ਸੱਚਾ ਤੇਰਾ ਨਾਮ, ਬਿਰਦ ਕਰਾਂ ਮੈਂ ਬੈਠਾ ਬਿਰਦ ਕਰਾਂ ਮੈਂ ਬੈਠਾ ਤੇਰਾ ਸੁਭ ਸ਼ਾਮ। ਉੱਚਾ ਤੇਰਾ ਨਾਮ ਮੌਲਾ ਸੱਚਾ ਤੇਰਾ ਨਾਮ। ਮੇਰੇ ਮਾਲਕ ਸਭ ਦੀ ਖੈਰ ਤੇ ਸਾਡੇ ਬਰਾਦਰਾਂ ਦੀ ਵੀ ਖੈਰ। ਬਰਾਦਰਾਂ ਵੀਡੀਓ ਬਰਾਦਰਾਂ ਪਿਆਰੇ ਲੋਕ ਸੁਨਾਵੇ ਲੋਕ, ਔਰ ਬਾਹਰ ਨਿਕਲੋ ਬਗੈਰ ਤੋਂ ਤੁਹਾਡੇ ਘਰ ਸ਼ਾਹ ਜੀ ਆਏ ਨੇ। ਚਾਚਾ ਚਾਚਾ ਮੇਰਾ ਬੇਟਾ, ਮੇਰੇ ਮੇਰੇ ਭਰਾ ਦੀ ਨਿਸ਼ਾਨੀ, ਮਾਸ਼ਾਅੱਲਾ ਮੇਰਾ
ਭਤੀਜਾ ਆਇਆ ਚਾਚਾ ਜੀ 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 ਚਾਚਾ ਜੀ ਬੇਟਾ ਜੀ ਚਾਚਾ 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 ਜੀ ਜੀ ਬੇਟਾ ਜੀ ਮੈਂ ਸੁਣਿਆ ਤੁਹਾਡੀ ਧੀ ਜਵਾਨ ਹੋ ਗਈ ਬੇਸ਼ੱਕ ਬੇਟਾ ਜੀ ਉਹ ਮਾਸ਼ਾਅੱਲਾ ਉਹਨਾਂ ਨੇ ਗ੍ਰੈਜੂਏਸ਼ਨ ਕੰਪਲੀਟ ਕਰ ਲਈ ਹੈ ਠੀਕ ਹੈ ਤੇ ਉਹਨੂੰ ਮਾਰਕੀਟ 'ਚ ਸ਼ੋਅ ਕਰੋ ਯਾਰ ਕਰ ਮੈਂ ਤੇਰਾ ਚਾਚਾ ਵਾਂ ਪਿਓ ਬਜਾਵਾਂ ਤੁਹਾਨੂੰ ਕਿਹਾ ਸੀ ਇੱਥੇ ਨਹੀਂ ਜਾਣਾ ਬਾਹਰ ਵੀ ਕਿਹਾ ਸੀ ਹੈ ਨਹੀਂ ਅੱਲਾ ਖੈਰ ਅੱਲਾ ਖੈਰ ਚਲੋ ਜੀ ਚਲੋ ਮੈਂ ਤੁਹਾਨੂੰ ਦੱਸਿਆ ਮੇਰਾ ਭਰਾ ਫੋਨ ਕਰ ਰਿਹਾ ਉਹਦੇ ਇਤਰਾਮ ਸਾਨੂੰ ਖਲੋਂਦੇ ਹੋ ਚਾਚਾ ਜੀ ਇੱਕ ਗੱਲ ਤੇ ਮੰਨ ਜਾਓ ਦੱਸੋ ਬੇਟਾ ਜੀ ਮਰ ਜਾਓ ਪਲੀਜ਼ ਜਾਓ ਆਪਣੀ ਬੇਟੀ ਨੂੰ ਭੇਜੋ ਤੇ ਨਿਕਲ ਜਾਓ ਬੇਟਾ ਜੀ ਉਹ ਤੁਸੀਂ ਕਿਸ ਕੰਮ ਵਾਸਤੇ ਆਏ ਹੋ ਇੱਥੇ ਰਿਸ਼ਤਾ ਲੈਣਾ ਹੈ ਰਿਸ਼ਤਾ ਲੈਣ ਹਾਂ ਵਾਹ ਜੀ ਵਾਹ ਉਹ ਬੱਸ 'ਚ ਬੈਠੋ ਤੁਹਾਨੂੰ ਕੋਈ ਸੀਟ ਨਹੀਂ ਦਿੰਦਾ ਤੁਸੀਂ ਰਿਸ਼ਤਾ ਲੈਣ ਆ ਗਿਆ ਹਾਂ ਜੀ ਮੈਂ ਰਿਸ਼ਤਾ ਲੈਣਾ ਹੈ ਰਿਸ਼ਤਾ ਨਹੀਂ ਹੈਗਾ ਕੋਈ ਪੁਰਾਣਾ ਸੂਟ ਦੇ ਦਿਓ ਨਿਕਲੋ ਬੱਸ ਨੂੰ ਥੋੜ੍ਹਾ ਬਸ ਬੇਟੀ ਨੂੰ ਭੇਜੋ ਆਪਣੀ ਦਬਾਓ ਜੀ ਇਸ ਘਰ ਦੇ ਵਿੱਚ ਕਿੰਨੀਆਂ ਕੁੜੀਆਂ ਨੇ ਹੁਣੇ ਪਤਾ ਲੱਗ ਜਾਏਗਾ ਕੌਣ ਕੌਣ ਹੈ ਬਾਹਰ ਆਓ ਕੌਣ ਹੈ ਕੋਈ ਆ ਰਿਹਾ ਉਹ ਤੁਹਾਡੀਆਂ ਧੀਆਂ ਨਿਕਲਦੇ ਨਹੀਂ ਗਈਆਂ ਅਸਲਾਮੁਅਲੈਕੁਮ ਜਾਨੂ ਕੈਸੇ ਹੋ ਰਾਨੀ ਜੀ ਮੇਰਾ ਨਾਮ ਕਿਆ ਹੈ ਗੁਲਫਾਮ ਪਾਪੀ ਪੇਟ ਦੀ ਖਾਤਰ ਝੂਠ ਬੋਲ ਰਹੀ ਕਿਆ ਮਤਲਬ ਮੈਨੂੰ ਗੁਲਫਾਮ ਕਹਿ ਰਹੀ ਹਾਂ ਤਾਂ ਹੋ ਨਾ ਗੁਲਫਾਮ ਬਸ ਮੈਂ ਤੁਹਾਡਾ ਮੰਗੇਤਰ ਹਾਂ ਮੰਗੇਤਰ ਆ ਮੇਰੇ ਮੈਨੂੰ ਪਿਆਰ ਹੋ ਗਿਆ ਤੁਮਸੇ ਸੱਚੀ ਹੋਰ ਸੁਣਾਓ ਠੀਕ ਹੋ ਠੀਕ ਹੂੰ ਮੈਂ ਸ਼ਾਦੀ ਕਬ ਕਰੋਗੀ ਅਭੀ ਕਰ ਲੋ ਅਭੀ ਕਰ ਲੋ ਹਾਂ ਨਾ ਕੋ ਕੋ ਗੱਲ ਨਹੀਂ ਸਾਡੇ ਪਬਲਿਕ ਹੈ ਬਾਤ ਸੁਣੋ ਸਾਡੇ ਮੌਸਮ ਦੇ ਬਿਲਕੁਲ ਖੁਦਾ ਦੀ ਕਿਸਮੇ ਲੋਕ ਨਾ ਹੁਣ ਅਸੀਂ ਇੱਕ ਟਗੇ ਦੇ ਫਨਕਾਰ ਵੀ ਗਏ ਸਾਰੀਆਂ ਰੌਣਕਾਂ ਇਹਨਾਂ ਨਾਲ ਐਸਾ ਹੀ ਤੁਹਾਡਾ ਬੇੜਾ ਗਰਕ ਹੋਵੇ ਸਾਡੇ ਪਾਕਿਸਤਾਨ ਨੂੰ ਕਮਜ਼ੋਰ ਕਰਨ ਵਾਲੀ ਉਹ ਮਸ਼ੀਨੋ ਤੁਸੀਂ ਸਾਡੀ ਨਵੀਂ ਨਸਲ ਕੀ ਸਾਡੇ ਬਾਬੇ ਤਬਾਹ ਕਰਤੇ ਵੇਖ ਕਿੰਨੇ ਆਏ ਨੇ ਇਹ ਸਾਰੇ ਬਾਬੇ ਸਾਡੀਆਂ ਚਾਚੀਆਂ ਨੂੰ ਕਹਿ ਕੇ ਹਮ ਦਰਬਾਰ ਪੇ ਜਾ ਰਹੇ ਤੁਹਾਡੇ ਚਾਰ ਗਾਣੇ ਵੇਖ ਕੇ ਇਹਨੂੰ ਕੋਈ ਵਾਪਸੀ ਤੇ ਟੁਰਿਆ ਨਹੀਂ ਜਾਣਾ ਇਹਨਾਂ ਨੇ 35 ਦੀ ਬਰਿਆਨੀ ਲੈਣੀ ਸਾਡੀ ਚਾਚੀ ਨੂੰ ਕਹਿਣਾ ਖਾਓ ਦਰਬਾਰ ਕਾ ਲੰਗਰ ਹੈ ਅੱਗੋਂ ਚਾਚੀ ਸਿਆਣੀ ਹੁੰਦੀ ਉਹ ਕਹਿੰਦੀ ਅੱਜ ਸਾਹਿਬ ਲੰਗਰ 'ਚ ਰਹਿਤਾ ਨਹੀਂ ਹੁੰਦਾ ਤੇ ਨਹੀਂ ਹੁੰਦਾ ਇਹ ਲੰਗਰ ਹੈ ਹਾਂ ਤੂੰ ਪੜ੍ਹੀ ਲਿਖੀ ਹੋ ਬਿਲਕੁਲ ਕਿਤਨਾ ਪੜ੍ਹੀ ਹੋ ਮੈਨੇ ਐਫ ਏ ਕੀਆ ਐਫ ਏ ਕੀ ਹੈ ਤੇ ਪਾਣੀ ਰੋੜੇ ਕਿਆ ਮਤਲਬ ਜਦੋਂ ਐਫ ਏ ਕੀਤਾ ਤੇ ਪਾਣੀ ਰੋੜੇ ਹੁੰਦੇ ਉਹ ਮੈਨੇ ਪੜ੍ਹਿਆ ਓਕੇ ਆਈ ਲਵ ਯੂ ਕਾ ਮਤਲਬ ਕੀ ਹੁੰਦਾ ਮੈਂ ਤੁਮਸੇ ਪਿਆਰ ਕਰਤੀ ਹੂੰ ਆਪਣਾ ਮੂੰਹ ਵੇਖ ਤੇ ਆਪਣੀਆਂ ਖੁਆਇਸ਼ਾਂ ਵੇਖ ਅਸੀਂ ਤੁਹਾਨੂੰ ਪਿਆਰ ਨਹੀਂ ਕਰਦੇ ਅਸੀਂ ਆਪਣੇ ਸੋਹਣੇ ਪਾਕਿਸਤਾਨ ਨੂੰ ਪਿਆਰ ਕਰਦੇ ਹਾਂ ਬਸ ਤੁਸੀਂ ਕਦੋਂ ਪਿਆਰ ਕਰਦੀਆਂ ਤੁਹਾਡੇ ਵਾਸਤੇ ਤਾਂ ਸ਼ਾਇਰ ਕਹਿੰਦਾ ਕੀ ਕਹਿੰਦਾ ਤੈਨੂੰ ਪੁੱਛ ਕੇ ਕਹਿੰਦਾ ਉਹਦੀ ਮਰਜ਼ੀ ਹੈ ਰਪਾਇ ਦੀ ਤੇ ਜਦੋਂ ਮਰਜ਼ੀ ਕਰੇ ਤੂੰ ਵੋਈ ਤਾਂ ਪੁੱਛ ਰਹੀ ਹੋ ਕੀ ਕਹਤਾ ਸ਼ਾਇਰ ਕਹਿੰਦਾ ਚਿੜੀਆਂ ਦੀ ਨਾ ਵੋਟਾਂ ਦੀ ਤੇ ਗੱਲਾਂ ਦੀ ਨਾ ਵੋਟਾਂ ਦੀ ਇੱਥੇ ਲੰਗੜੇ ਲੂਲੇ ਵੀ ਚੱਲ ਜਾਂਦੇ ਦੋਸਤੋ ਗੱਲ ਹੈ ਸਿਰਫ ਨੋਟਾਂ ਦੀ ਉਹ ਸਭ ਕੀ ਜ਼ਰੂਰਤ ਹੈ ਸ਼ਕਲੋਂ ਸੋਹਣੇ ਠਹਿਰ ਜਾ ਆਰਡਰ ਤੇ ਬੱਚੇ ਜੰਮਣ ਵਾਲੀਏ ਠਹਿਰ ਜਾ ਸ਼ਕਲੋਂ ਸੋਹਣੇ ਸ਼ਕਲੋਂ ਸੋਹਣੇ ਅੰਦਰੋਂ ਨੀਤਾਂ ਬੁਰੀਆਂ ਨੇ ਮੂੰਹ ਤੇ ਹਾਸੇ ਬਗਲਾਂ ਦੇ ਵਿੱਚ ਛੁਰੀਆਂ ਨੇ ਮਾਰ ਕੇ ਸੁੱਟ ਗਏ ਯਾਰ ਨੂੰ ਯਾਰ ਬਾਜ਼ਾਰਾਂ ਵਿੱਚ ਕਈ ਵਾਰੀ ਮੈਂ ਖਬਰ ਪੜ੍ਹੀ ਅਖਬਾਰਾਂ ਜਲਦੀ ਸੁਣਾਓ ਮੇਰੇ ਪਾਸ ਟਾਈਮ ਨਹੀਂ ਮੈਂ ਕਹਿ ਰਿਹਾ ਸਾਂ ਜਲਦੀ ਸੁਣਾਓ ਕਿਤੇ ਜਾਣਾ ਅੱਛਾ ਬਾਹਰ ਕੋ ਖਲੋਤਾ ਹੈ ਜਲਦੀ ਹੈ ਕਿਆ ਥੜਕੇ ਜੀਆ ਉਹ ਕਿਉਂ ਭਲਾ ਉਸੇ ਹੀ ਡਰਨੇ ਲਗੀ ਹੋ ਆਹਾ ਮੈਂ ਪਿਆਰ ਕਰਨੇ ਲਗੀ ਉਸੇ ਜੋ ਇਤਨਾ ਡਰੋਗੀ ਤੁਮ
कमाई कैसे करो। क्या मतलब? ना 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 नू 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 ये क्या? मैं पले नहीं किता गाने जगह बस करके देख लो। हाँ और कोई आता है? कल का जी मिटा मैं बैठ जाओ। तुम तो आज बड़ी काली है बुझे। हाँ कौन है? किन्ने बंदे सन लुटी गई? और कोई चंगा गाना सुना। केड़ा? ओ सुना काला मजीत चढ़िया नी मां बेच रजाई पड़िया नी मां। ये कौन सा? राती तू सुना रही सना। मैं नहीं सुना। चलो और कुछ सुना फटाफट। तेरे नैना ने कीता ऐसा जादू मेरे ते। वाह बे सोनिया अखा वाले आ मैं रह गए तेरे ते। ठीक है आ तेरे मैं अपन कहो कि तेरी शादी में मैं फटाफट कर रहे। हां देख जल्दी बस। हाय हाय थोड़ी जल्दी है लानी रंग। मियां ब्रदर मियां ब्रदर गुस्से नाल वेख लिया कर बीमारा नू शफा मिल जांदी है। प्यार नाल ना सही प्यार नाल ना भाई साहब मैं अपनी मंगेतर नु इत्थे लभण आया। फोक फनकार आ। अच्छा थोक फनकार है। थोक नहीं फोक। अच्छा। पी जबर पा इस खड़ा पेशू फोक फनकार ये अपने वाले स्कूल ही पढ़े हैं। अच्छा फनकार है। जी जी मैं अपनी मंगेतर ते पिछू आया। जी सर तुम्हारे घर कोई 16 साल की बच्ची है? नहीं तो फिर 8-8 साल की अडू घेना हो नी मेरे नाल गया जे लड़ के जे सोना कर आ जावे देवा जाने कदमा विच तर के विछलनो नो थे वे पुत्र मिठड़े मेवे वे अल्लाह सबनु देवे वे गल सुन चलिया कावा हवे मामा ठंडिया चावा। वाह जी वाह ऐसे मां दी शान सुना रहा घर बुटी तो थले लगा। ओ भाई जी उत्ते मैनू ठंड लगती है। ओ भाई मां दी शान सुनाई ना हूं प्यो की शान सुना। प्यो दे दिल सख्त ने जीवे लोई दिया नाला राती सोन लगे भी गाला सवेरे उठन लगे भी गाला। ये भी शान है। ओ भाई साहब गाले गाली सब समझे दे ना भाई साहब। ओ सही गाले है मैं तुम्हें पता कि फोक फनकार हाँ ते प्लीज बड़ा मासूम आदमी है। अच्छा फाद मुस्तफा दे शो च गया है। फाद मुस्तफा कहना तेरे प्यो का ना की है अगू कहना कोई ऑप्शन दे अभी चोरी करन गया ही चोरी करन गया उतो मार खा के आ गया। क्यों? पीपनिया दी जुत्ती पा गई पी 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 मेरी दादी मर गई। मैं क्या किवें मरी कहंदा 6 काने ने अजा भाज जाए इन्हें इहदी शादी सुहाग रात नूं अपनी बुड्ढी कहंदा कुंडी ला बाहर ला के बज गई ऐसे मसले। अच्छा केड़ा है तू फनकार है सानू अपना कोई चोंदा चोंदा आइटम सुना दे। वे मैं अंब चूपण लई तुसे केड़ा अंब चूपे? नहीं बड़ा आसान जा तरीके इन करके पेटी चो अंब कटने कटे कपड़े नाल साफ करने अंब दे उत्ते होंदी एक छोटी जी डुडली ओई वे दन्ना ना फड़ के ए सटनी है ते अंब को जोर दिनी नपना जे गिटक बाहर आ गई ते कपड़े लिपड़वे सन। वे मैं अंब चूपण लई गई
जान के फड़ी गई। मैं ते बड़ा रौला पाया माली पास ना आया, मैं ते ऐसे कब सा गई जान के फड़ी गई। एक गाना सही मैं गाया है। अच्छा, तो सादा जी जी अंब चूपन लगी लाला ताउला अंबे लंगड़ो अंबे पैक करना शुरू कर दे अंबे लगड़ो अंबे कुकड़ुकड़ू माया पहले तेनू मैं कुटांगी फिर कुटी मैनू तू माया ए अंबे लगड़ो अंबे ओ जेड़ा गिटक समेत जादा लंगे मैं अंबे चुपन ले गई जान के फड़ी गई। जी भाई जान इन्हें तो यही बात जो सुनाता यही गाना तो सानू खास है नुसरत फतेह अली की बात सुना पहले तो नुसरत साहब वास्ते तालियां जिन्ने हिंद से अरे
बड़ा सियाना अपनी भैन पछा ले अड़ी गाश तेरी मेरी शादी नहीं हो सकती बज्जा हां तेरा ते मुंह ही डड्डू चार्जर वरगा है मैं तेरी बैटरी पार देसा मैं डड्डू चार्जर ही हो जा चार्ज करेसा पहले तू फुल से वल फट वे से जी नहीं तेरी मेरी शादी नहीं होनी बच्चा एडा तू गट्टू ये ले तू ले रे अंदर भी जो तू एक ही और बस हां सनी टाइगर है तू मिलावा सनी टाइगर है देखो तेरी मेरी शादी थी नहीं है नहीं। मैं इसाक साहब नाल वादा करके आया मैं घिन के आना पिया इसाक साहब बिग प्रोड्यूसर मेरी शादी होएगी अच्छा एवी नाल बरात ते होएगा ए ए ए क्या करे सन एदी भैन दा ब्याह सी अच्छा इने अपनी भैन दे ब्याह दे बोलन वाला तोता ही मार दिया क्यों वो बरातियां नु देख के कहंदा ओ पहले ते कल्ले कल्ले आंदे सी आज इकट्ठे ही आ गए समझ गया शादी तेरे को भी तेरी ना ऐसा फील था ध्यान सही था तू बचपन भूल गए पी बचपन दिस तू मैं मेरे ना बचपन जो खेल रहा है इतना पॉज यानी कि तू तो सी एडेड हो गया एडेड कुत्ते के बच्चे होने थोड़े बड़ा कर के अजी शेर दे बच्चे ओए अच्छा ठीक है शेर शेर ये हां जी लिया बाहर निकल सा नैर बैठ गई ए जदों छोटे हुंदे सा याद है छोटे हुंदे जदों असी गुल्ली डंडा खेलने सा हां एडी को गुल्ली हुंदी सी हां ते एडा डंडा एडी गुल्ली एडा डंडा वाल मेडा नाल टोल टोल टला तेरा दिमाग फिर वे नहीं सीधा खुती दे ਤੇ ਸ਼ਾਦੀ ਦਾ ਕਿਆ ਸੋਚੀ ਮੈਨੂੰ ਯਾਦ ਹੈ ਜਦੋਂ ਅਸੀਂ ਕੁਲਫੀ ਖਾਣ ਗਏ ਹਾਂ 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 ਉਹ ਮੈਨੂੰ ਕਿਹਾ ਕੁਲਫੀ ਖਾ ਕੇ ਚੀਲਾ ਮੈਨੂੰ ਹੀ ਦੇਈ ਹਾਂ ਮੈਂ ਆਖਿਆ ਮੈਂ ਲੱਛਾ ਲਪੇੜ ਸੋਣੀ ਉੱਤੇ ਐ ਭਈ ਇੱਕ ਨਾ ਆਹੋ ਤੇ ਉਹ ਮੈਨੂੰ ਯਾਦ ਹੈ ਤੇ ਅੱਛਾ ਅੱਛਾ ਜਦੋਂ ਤੂੰ ਨਾਲੀ ਤੇ ਕੱਚੀ ਲਾ ਕੇ ਬੈਠਾ ਹੁੰਦਾ ਸੀ ਕੱਚੀ ਉਠਾਉ ਤੂੰ ਮੇਰੇ ਪਿੱਛੂ ਪਈਆਂ ਨੇ ਉਠਾਉ शक्ल गुम कर अपना ਇਹ ਤੇ ਜਿਹੜੇ ਵਿਆਹੇ ਜੰਮੇ ਦੀ ਵਾਲਦਾ ਨੇ ਗਾਵਣਾ ਗਾਏ ਓਏ ਰੱਬਾ ਇਹਨੂੰ ਏਡਾ ਕਾਲਾ ਕਦੇ ਲਈ ਬਣਾਇਆ ਇਹਦੀਆਂ ਤਿਆਰੀਆਂ ਚ ਕਿਹੜਾ ਕੈਮੀਕਲ ਪਾਇਆ ਕਹਿੰਦਾ ਕੌਣ ਕਿਸੇ ਕੋਲ ਆਮਦਾ ਤੇ ਕੌਣ ਕਿਸੇ ਕੋਲ ਜਾਮਦਾ ਤੇ ਕਿਸਮਤ ਲਾਉਂਦੀ ਢੋਰ ਸੋਹਣਾ ਦਾਣਾ ਪਾਣੀ ਆਪਣਾ ਤੇ ਹੱਥ ਮਾਲਕ ਦੇ ਢੋਰ ਚੱਲ ਮੇਰਾ ਪੁੱਤਰ ਇੱਥੇ ਸ਼ਾਇਰ ਕਹਿੰਦਾ ਕਿ ਦਿਲ ਜਦ ਯਾਰ ਨੂੰ ਦੇ ਛੱਡਿਆ ਓਏ ਹਾਏ ਹਾਏ ਕੋ ਚਵਲ ਨੇ ਮਾਰੀ ਸ਼ੇਰ ਸਹੀ ਸੁਣਾਈ ਦਿਲ ਜਦ ਯਾਰ ਨੂੰ ਦੇ ਛੱਡਿਆ ਅਸੀਂ ਵਾਰੀ ਉਹ ਗੰਨੀ ਬਾਸ ਸਾਡੀ
ਓਏ ਚੁੱਪ ਕਰ ਸਾਲਿਓ ਪੈਸੇ ਲੈਣੇ ਸੀ ਕਿ ਨਹੀਂ ਦਿਲ ਜੰਦ ਯਾਰ ਨੂੰ ਦੇ ਛੱਡਿਆ ਫਿਰ ਅਣਬਣ ਇਨ ਬਿਨ ਉਨ ਬੁਨ ਕੀ ਚਾਂਜਰ ਯਾਰ ਦੀ ਛਣਕ ਮਰੇਂਦੀ ਫਿਰ ਛਣ ਛਣ ਛਿਣ ਛਿਣ ਛੁਣ ਛੁਣ ਕੀ ਬੁੱਕਲ ਦੇ ਵਿੱਚ ਤਾਨ ਤਮੂਰਾ ਫਿਰ ਤਨ ਤਨ ਤਿੰਨ ਤਿੰਨ ਤੁਣ ਤੁਣ ਕੀ ਤੇ ਬੁੱਲੇ ਸ਼ਾਹ ਮੀਰ ਅਹਿਮਦ ਦਾ ਵਸੇ ਫਿਰ ਕਣ ਕਣ ਕਿਣ ਕਿਣ ਕੁਣ ਕੁਣ ਕੀ ਇੰਨਾ ਘਰ ਵੀਹ ਬੰਦੇ ਵੜ ਜਾਣ ਤੈਨੂੰ ਕੀ ਤੇ ਮੈਨੂੰ ਕੀ ਜੁੱਤੀ ਨਾਲ ਟਾਸ ਕਰ ਲੈਣੇ ਤੇ ਜਿਹੜਾ ਜਿੱਤ ਜਾਏਗਾ ਉਹਦੇ ਨਾਲ ਮੇਰੀ ਸ਼ਾਦੀ ਤੇ ਤੂੰ ਇਹ ਦੱਸ ਸਿੱਧੀ ਲੈਣੀ ਹੋ ਕੇ ਪੁੱਠੀ ਸਹੀ ਤਬਦੀਲੀ ਆਈ ਪਈ ਏ ਪੁੱਠੀ ਠੀਕ ਏ ਓਏ ਚੁੱਪ ਕਰੇ ਚਲੋ ਤੁਹਾਨੂੰ ਸਾਰਾ ਭੈਣ ਜੀ ਤਰਸਾ ਤਰਸਾ ਕੇ ਮਾਰ ਚੱਲ ਫਿਰ ਤੁਹਾਡੀ ਤਾਂ ਖੈਰ ਅਸੀਂ ਫਿਰ ਵੀ ਤੇਰਾ ਦਿਲ ਨਹੀਂ ਤੋੜਾਂਗੇ ਤੇਰਾ ਮੁਕਾਬਲਾ ਕਰਵਾਵਾਂਗੇ ਜਿਹੜਾ ਮੈਨੂੰ ਅੱਛਾ ਗਾਣਾ ਸੁਣਾਏਗਾ ਮੈਂ ਉਹਦੇ ਨਾਲ ਸ਼ਾਦੀ ਮੈਂ ਫਾਈਨਲ ਸੀ ਪਹਿਲੇ ਪਾਸ ਸਾਹਿਬ ਦੀ ਵਾਰੀ ਪਹਿਲੇ ਪਾਸ ਬਣ ਕੇ ਸਲੋ ਇੱਥੇ ਹਾਂ ਅੱਛਾ ਹੀਰੋ ਬਣਨੇ ਹਾਂ ਤੇ ਬਾਅਦ ਚ ਤੂੰ ਵਾਹ 1 2 3 ਮੇਰੀ ਧੀ ਏ ਉਹ ਆਹ ਧੀ 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 ਨੇ ਤੁਹਾਨੂੰ ਗੱਲਾਂ ਕਰਨ ਦੇ ਤੂੰ ਬੋਕ ਕਰ ਦਿੱਤੇ ਉਹਦੇ ਬਾਅਦ ਤੇ ਛੱਡ ਉਹ ਓਏ ਖਸਾਲਿਆ ਕਹਿਣ ਕਰਕੇ ਆਈ ਏ ਕਹਿ ਤੂੰ ਧੀ ਨੇ ਜੱਫੀ ਤੇਰੀ ਸ਼ੇਰ ਜ਼ਹਿਰ ਬਿਲ ਸੁਲਤਾਨ ਅਲੀ ਉਹ ਛੱਡ ਉਹਨੂੰ ਡੋਰੇ ਮੋਨ ਚੜ ਕੇ ਤਾਂ ਖੋਤੀ ਦੇ ਆ ਬੱਚਿਆ ਕਿਹੜੇ ਕੰਮੇ ਲੱਗਾ ਕੁਰਮਾ ਜਮਾ ਹੋ ਕੇ ਹੁਣ ਕਹਿ ਇਥੋਂ ਉਹ ਬਾਲਾ ਸੀ ਗੁਆ ਮੈਂ ਕਿਹਦੀ ਗੱਲ ਸੱਤ ਨਜ਼ਾਰਾ ਦਾ ਹੁਣ ਓਏ ਤੂੰ ਮੇਰੇ ਨਾਲ ਨਾਰਾਜ਼ ਹੈ ਹਾਂ ਮੇਰੇ ਨਾਲ ਨਾਰਾਜ਼ ਨਹੀਂ ਹੈ ਹਾਂ ਬਾਕੀ ਨਾਰਾਜ਼ ਹਾਂ ਤੇਰੇ